ਅਸਲਾਮ ਅਲੈਕੁਮ ਦੋਸਤੋ, ਸਵਾਗਤ ਹੈ ਆਪ ਸਭ ਦਾ ਵੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ। ਦੋਸਤੋ, ਅੱਜ ਮੈਂ ਆਪ ਸਭ ਲਈ ਮਾਤਾ ਸ਼ਾਮ ਕੌਰ ਮੋਣੀ ਦੀ ਬਹੁਤ ਹੀ ਜ਼ਬਰਦਸਤ, ਬਹੁਤ ਹੀ ਸ਼ਕਤੀਸ਼ਾਲੀ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ। ਆਪ ਸਭ ਨੂੰ ਮਾਤਾ ਸ਼ਾਮ ਕੌਰ ਮੋਣੀ ਬਾਰੇ ਪਤਾ ਹੀ ਹੈ, ਦੱਸਣ ਦੀ ਜ਼ਰੂਰਤ ਨਹੀਂ ਹੈ। ਇੰਨਾ ਕੁ ਦੱਸ ਦਿੰਦੇ ਹਾਂ ਕਿ ਤੁਸੀਂ ਇਸ ਕਲਾਮ ਦੇ ਨਾਲ ਕਿਸੇ ਨੂੰ ਵੀ ਆਪਣੇ ਵਸ਼ ਵਿੱਚ ਕਰ ਸਕਦੇ ਹੋ ਅਤੇ ਉਸ ਤੋਂ ਮਨ ਚਾਹਿਆ ਕੰਮ ਕਰਵਾ ਸਕਦੇ ਹੋ। ਕਿਸੇ ਵੀ ਇਸਤਰੀ ਨੂੰ, ਕਿਸੇ ਵੀ ਪੁਰਸ਼ ਨੂੰ ਤੁਸੀਂ ਆਪਣੇ ਵਸ਼ ਵਿੱਚ ਇਸ ਮੰਤਰ ਦੇ ਨਾਲ ਕਰ ਸਕਦੇ ਹੋ। ਤੁਹਾਨੂੰ ਸਭ ਤੋਂ ਪਹਿਲਾਂ ਇਸ ਮੰਤਰ ਦੀ ਵਿਧੀ ਦੱਸਦੇ ਹਾਂ, ਕਿਵੇਂ ਇਹ ਮੰਤਰ ਸਿੱਧ ਹੋਵੇਗਾ, ਕਿਵੇਂ ਇਸ ਮੰਤਰ ਨੂੰ ਚਲਾਉਣਾ ਹੈ। ਉਸ ਤੋਂ ਬਾਅਦ ਇਸ ਮੰਤਰ ਨੂੰ ਦੱਸਾਂਗੇ। ਸੋ ਸਭ ਤੋਂ ਪਹਿਲਾਂ ਤੁਸੀਂ ਇਸ ਮੰਤਰ ਦੀ ਵਿਧੀ ਸੁਣ ਲਵੋ ਅਤੇ ਨੋਟ ਕਰ ਲਵੋ। ਤੁਹਾਨੂੰ ਇਸ ਮੰਤਰ ਨੂੰ ਸਿੱਧ ਕਰਨ ਲਈ ਕਿਸੇ ਵੀ ਮੱਸਿਆ ਤੋਂ ਤੁਸੀਂ ਇਸ ਕਲਮੇ ਨੂੰ ਪੜ੍ਹਨਾ ਸ਼ੁਰੂ ਕਰਨਾ ਹੈ ਅਤੇ ਜਿਹੜੀ ਸਮੱਗਰੀ ਲੈਣੀ ਹੈ ਉਸ ਵਿੱਚ ਤੁਸੀਂ ਇੱਕ ਮਾਤਾ ਸ਼ਾਮ ਕੌਰ ਮੋਣੀ ਦੇ ਲਈ ਤੁਸੀਂ ਸ਼ਿੰਗਾਰ ਦਾ ਪੈਕਟ ਲੈਣਾ ਹੈ। 16 ਸ਼ਿੰਗਾਰ ਦਾ ਪੈਕਟ ਰੈਡੀਮੇਡ ਆਉਂਦਾ ਹੈ, ਉਹ ਤੁਸੀਂ ਇੱਕ ਲੈ ਲੈਣਾ ਹੈ। 7 ਪ੍ਰਕਾਰ ਦੀ ਮਠਿਆਈ ਲੈਣੀ ਹੈ, ਚਾਹੇ ਇੱਕ ਇੱਕ ਪੀਸ ਹੋਵੇ, ਦੋ ਦੋ ਪੀਸ ਹੋਵੇ, 7 ਪ੍ਰਕਾਰ ਦੀ ਮਠਿਆਈ ਹੋਣੀ ਚਾਹੀਦੀ ਹੈ। 2 ਮਿੱਠੇ ਪਾਨ ਲੈਣੇ ਆ, 7 ਲੌਂਗ ਲੈਣੇ ਆ ਸਾਬਤ, ਅਤੇ 7 ਛੋਟੀਆਂ ਇਲਾਇਚੀਆਂ ਲੈਣੀਆਂ ਆ। ਇਹ ਸਾਰਾ ਭੋਗ ਪ੍ਰਸ਼ਾਦ ਤੁਸੀਂ ਪਹਿਲੇ ਅਤੇ ਆਖਰੀ ਦਿਨ ਲਾਉਣਾ ਹੈ। ਪਹਿਲੇ ਦਿਨ ਤੁਸੀਂ ਮੰਤਰ ਪੜ੍ਹਨ ਤੋਂ ਪਹਿਲਾਂ ਮਾਤਾ ਸ਼ਾਮ ਕੌਰ ਮੋਣੀ ਦਾ ਧਿਆਨ ਧਰ ਕੇ ਮਾਤਾ ਸ਼ਾਮ ਕੌਰ ਮੋਣੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਹਿਮਾ, ਮੈਂ ਤੇਰੀ ਇਸ ਕਲਾਮ ਨੂੰ ਸਿੱਧ ਕਰਨ ਜਾ ਰਿਹਾ ਹਾਂ ਅਤੇ ਤੇਰੀ ਭੋਗ ਪ੍ਰਸ਼ਾਦ ਦੇਣ ਜਾ ਰਿਹਾ ਹਾਂ। ਤੂੰ ਇਸ ਭੋਗ ਪ੍ਰਸ਼ਾਦ ਨੂੰ ਮਨਜ਼ੂਰ ਕਰਨਾ ਹੈ ਅਤੇ ਇਸ ਕਲਾਮ ਨੂੰ ਸਿੱਧ ਕਰਨ ਦੇ ਵਿੱਚ ਮੇਰੀ ਸਹਾਇਤਾ ਕਰਨੀ ਹੈ, ਮਿਹਰ ਕਰਨੀ ਹੈ। ਇਸ ਤਰ੍ਹਾਂ ਤੁਸੀਂ ਉਹ ਭੋਗ ਪ੍ਰਸ਼ਾਦ ਫਿਰ ਤੁਸੀਂ ਕਿਸੇ ਉਜਾੜ ਜਗ੍ਹਾ 'ਤੇ ਜਾ ਕੇ ਰੱਖ ਹੋਣਾ ਹੈ, ਕਿਸੇ ਉਜਾੜ ਜਗ੍ਹਾ 'ਤੇ ਉਹ ਭੋਗ ਪ੍ਰਸ਼ਾਦ ਦੇ ਸਕਦੇ ਹੋ, ਜਾਂ ਫਿਰ ਕਿਸੇ ਸੁਨਸਾਨ ਜਗ੍ਹਾ 'ਤੇ ਪਿੱਪਲ ਹੋਵੇ, ਉਸ ਪਿੱਪਲ ਦੇ ਦਰਖਤ ਥੱਲੇ ਵੀ ਤੁਸੀਂ ਇਹ ਭੋਗ ਪ੍ਰਸ਼ਾਦ ਰੱਖ ਸਕਦੇ ਹੋ। ਫਿਰ ਤੁਸੀਂ ਇਸ ਕਲਮੇ ਨੂੰ ਜਦੋਂ ਪੜ੍ਹਨਾ ਸ਼ੁਰੂ ਕਰਨਾ ਹੈ, ਜਾਪ ਸ਼ੁਰੂ ਕਰਨਾ ਹੈ, ਉਹ ਰਾਤ ਨੂੰ ਜਦੋਂ ਸੂਰਜ ਛਿਪ ਜਾਵੇ ਉਸ ਤੋਂ ਬਾਅਦ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਕੱਪੜਿਆਂ 'ਤੇ ਇਤਰ ਛਿੜਕ ਕੇ ਪੂਰੇ ਕਮਰੇ ਦੇ ਵਿੱਚ ਖੁਸ਼ਬੂ ਹੋਣੀ ਚਾਹੀਦੀ ਹੈ। ਅਗਰਬੱਤੀ ਜਗਾ ਲਵੋ, ਮਾਤਾ ਸ਼ਾਮ ਕੌਰ ਮੋਹਣੀ ਦੀ ਜੋਤ ਜਗਾ ਲਵੋ ਅਤੇ ਇਕਾਂਤ ਕਮਰੇ ਦੇ ਵਿੱਚ ਬੈਠ ਕੇ ਹੀ ਤੁਸੀਂ ਇਹ ਸਾਧਨਾ ਕਰਨੀ ਹੈ। ਤੁਹਾਨੂੰ ਜਿੱਥੇ ਕੋਈ ਪਰੇਸ਼ਾਨ ਨਾ ਕਰੇ, ਡਿਸਟਰਬ ਨਾ ਕਰੇ, ਉੱਥੇ ਤੁਸੀਂ ਬੈਠ ਕੇ ਸਾਧਨਾ ਕਰਨੀ ਹੈ, ਜਿਸ ਕਮਰੇ ਦੇ ਵਿੱਚ ਕੋਈ ਹੋਰ ਤੁਹਾਡੇ ਤੋਂ ਇਲਾਵਾ ਨਾ ਆਵੇ ਜਾਵੇ। 41 ਦਿਨ ਦੀ ਇਹ ਸਾਧਨਾ ਹੈ। 11ਵੇਂ ਦਿਨ ਤੋਂ ਹੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ, ਤੁਹਾਨੂੰ ਚੂੜੀਆਂ ਦੀ ਛਣਕਣ ਦੀ ਆਵਾਜ਼ ਆਉਣ ਲੱਗ ਪਵੇਗੀ, ਝਾਂਜਰਾਂ ਦੀ ਛਣਕਣ ਦੀ ਆਵਾਜ਼ ਆਉਣ ਲੱਗ ਪਵੇਗੀ। ਪਰ ਤੁਸੀਂ ਬਿਨਾਂ ਅੱਖਾਂ ਖੋਲ੍ਹੇ ਆਪਣੇ ਕਲਮੇ ਨੂੰ ਪੜ੍ਹਦੇ ਰਹਿਣਾ ਹੈ ਅਤੇ 41ਵੇਂ ਦਿਨ ਸਾਕਸ਼ਾਤ ਰੂਪ ਦੇ ਵਿੱਚ ਤੁਹਾਡੇ ਅੱਗੇ ਮਾਤਾ ਸ਼ਾਮ ਕੌਰ ਮੋਹਣੀ ਨੇ ਪ੍ਰਗਟ ਹੋਣਾ ਹੈ। ਤੁਸੀਂ ਫਿਰ ਮਾਤਾ ਸ਼ਾਮ ਕੌਰ ਮੋਹਣੀ ਦੇ ਨਾਲ ਵਚਨ ਕਰ ਲੈਣੇ ਆ। ਉਸ ਤੋਂ ਬਾਅਦ ਤੁਸੀਂ ਜਿਹੜਾ ਮਰਜ਼ੀ ਵਸ਼ੀਕਰਨ ਮਾਤਾ ਮੋਹਣੀ ਦੇ ਕੋਲੋਂ ਕਰਵਾ ਸਕੋਗੇ। ਤੁਹਾਡੇ ਨਾਲ ਮਾਤਾ ਮੋਹਣੀ ਅਤੇ ਉਸਦੀ ਸ਼ਕਤੀ
ਚੱਲੇਗੀ। ਸੋ ਹੁਣ ਤੁਹਾਨੂੰ ਇਹ ਮੰਤਰ ਦੱਸਦੇ ਹਾਂ, ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ। ਸਤਨਾਮ ਆਦੇਸ਼ ਗੁਰੂ ਕੋ ਮੋਹਣੀ ਮੋਹਣੀ ਮੈਂ ਕਰਾਂ, ਮੋਹਣੀ ਮੇਰਾ ਨਾਮ, ਜਲ ਮੋਹਾਂ ਥਲ ਮੋਹਾਂ, ਰਾਹ ਚੱਲਦਾ ਰਾਹੀ ਮੋਹਾਂ, ਦਰਬਾਰ ਬੈਠਾ ਰਾਜਾ ਮੋਹਾਂ, ਪਲੰਘ ਬੈਠੀ ਰਾਣੀ ਮੋਹਾਂ, ਤਰੰਜਣ ਬੈਠੀ ਨਾਰੀ ਮੋਹਾਂ, ਮੋਹਾਂ ਸਗਲ ਸੰਸਾਰ, ਚੱਲੇ ਮੰਤਰ ਫੁਰੇ ਵਾਚਾ, ਦੇਖਾਂ ਮਾਤਾ ਸ਼ਾਮ ਕੌਰ ਮੁਣੀ, ਤੇਰੇ ਸ਼ਬਦ ਕਾ ਤਮਾਸ਼ਾ ਦੁਹਾਈ ਗੁਰੂ ਗੋਰਖਨਾਥ ਕੀ। ਦੋਸਤੋ ਇਹ ਹੈ ਕਲਮਾ ਮੰਤਰ, ਬਹੁਤ ਹੀ ਪਾਵਰਫੁੱਲ ਮੰਤਰ ਆ। ਇਸ ਮੰਤਰ ਦੇ ਨਾਲ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਖਸ ਨੂੰ, ਕਿਸੇ ਵੀ ਇਨਸਾਨ ਨੂੰ ਮੋਹ ਸਕਦੇ ਹੋ, ਆਪਣੇ ਵਸ਼ ਵਿੱਚ ਕਰ ਸਕਦੇ ਹੋ। ਇਸ ਮੰਤਰ ਦੀ ਹਰ ਰੋਜ਼ ਤੁਸੀਂ 5 ਮਾਲਾ ਦਾ ਜਾਪ ਕਰਨਾ ਹੈ। ਅਗਰਬੱਤੀ ਜਗਾ ਕੇ ਪੂਰੇ ਕਮਰੇ ਦੇ ਵਿੱਚ ਇਤਰ ਛਿੜਕ ਕੇ, ਆਪਣੇ ਕੱਪੜਿਆਂ 'ਤੇ ਇਤਰ ਛਿੜਕ ਕੇ ਇਸ ਕਲਮੇ ਦਾ ਜਾਪ ਕਰਨਾ ਹੈ। 41 ਦਿਨ ਤੱਕ ਬਿਲਕੁਲ ਸਾਫ਼ ਪਾਕ ਰਹਿਣਾ ਹੈ, ਬ੍ਰਹਮਚਾਰੀ ਦਾ ਪਾਲਣ ਕਰਨਾ ਹੈ, ਸ਼ਰਾਬ ਮੀਟ ਕਿਸੇ ਵੀ ਇਸ ਤਰ੍ਹਾਂ ਦੀ ਚੀਜ਼ ਦਾ ਸੇਵਨ ਨਹੀਂ ਕਰਨਾ। ਅਤੇ ਜਿਹੜਾ ਤੁਹਾਨੂੰ ਭੋਗ ਪ੍ਰਸ਼ਾਦ ਦੱਸਿਆ ਹੈ, ਉਹ ਭੋਗ ਪ੍ਰਸ਼ਾਦ ਤੁਸੀਂ ਪਹਿਲੇ ਅਤੇ ਆਖਰੀ ਦਿਨ ਜ਼ਰੂਰ ਦੇਣਾ ਹੈ। ਉਸ ਤੋਂ ਬਾਅਦ ਜਦੋਂ ਮਾਤਾ ਸ਼ਾਮ ਕੌਰ ਮੂਣੀ ਸਿੱਧ ਹੋ ਜਾਵੇ, ਫਿਰ ਉਸਨੇ ਆਪਣੇ ਆਪ ਹੀ ਤੁਹਾਡਾ ਕੰਮ ਕਰੀ ਜਾਣਾ ਆ, ਅਤੇ ਤੁਹਾਨੂੰ ਦੱਸ ਦਿਆ ਕਰਨਾ ਆ ਕਿਹੜਾ ਭੋਗ ਪ੍ਰਸ਼ਾਦ ਲੱਗਣਾ। ਆਪਣੇ ਆਪ ਹੀ ਸਾਰੀਆਂ ਗੱਲਾਂ ਤੁਹਾਨੂੰ ਫਿਰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ। ਕੋਈ ਵੀ ਇਸਤਰੀ, ਕੋਈ ਵੀ ਪੁਰਸ਼ ਇਸ ਕਲਮੇ ਨੂੰ ਸਿੱਧ ਕਰ ਸਕਦਾ ਹੈ ਅਤੇ ਇਸ ਕਲਮੇ ਦਾ ਲਾਭ ਲੈ ਸਕਦਾ ਹੈ। ਦੋਸਤੋ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਮਾਤਾ ਮੋਹਣੀ ਜ਼ਰੂਰ ਲਿਖਣਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।